ਮੇ ਕੋ ਮੁਸ਼ਕਿਲਾਂ ਦਾ ਤੇ ਬਹੁਤ ਸਾਹਮਣਾ ਕਰਨਾ ਪੈ ਰਿਹਾ ਆ ਬੇਸਿਕਲੀ ਸਭ ਤੋਂ ਪਹਿਲਾਂ ਤੇ ਧਮਕੀਆਂ ਆਉਂਦੀਆਂ ਨੇ ਔਰ ਗੱਡੀਆਂ ਆਉਂਦੀਆਂ ਨੇ ਪਿੱਛੇ ਬਿਲਕੁਲ ਨਹੀਂ ਜੀ ਅਸੀਂ ਇਹ ਸੋਚ ਕੇ ਸ਼ੁਰੂ ਹੀ ਨਹੀਂ ਕੀਤੀ ਸੀਗੀ ਜਾਣਾ ਤੇ ਇੱਕ ਦਿਨ ਹੈਗਾ ਹੀ ਆ ਕਿਸੇ ਨਾ ਕਿਸੇ ਨੇ ਇਹ ਤੋਂ ਚੰਗਾ ਚੰਗਾ ਕੰਮ ਕਰਕੇ ਜਾਓ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਚੰਗੇ ਤੇ ਕਿਲਾਵਾਂਗੇ ਨਸ਼ੇ ਦੇ ਤਸਕਰਾਂ ਨੂੰ ਲੈ ਕੇ ਅਦਾਕਾਰਾ ਸੋਨੀਆ ਮਾਨ ਦੇ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ ਤੁਹਾਨੂੰ ਦੱਸਦੇ ਕਿ ਅੱਜ ਪੰਜਾਬੀ ਅਦਾਕਾਰ ਸੋਨੀਆ ਮਾਨ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉੱਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਅਤੇ ਖਾਸ ਤੌਰ ਤੇ ਰਾਜਾ ਸਾਂਸੀ ਦੇ ਨਜ਼ਦੀਕ ਪੈਂਦੇ ਪਿੰਡਾਂ ਨੂੰ ਲੈ ਕੇ ਜੋ ਲੋਕ ਨਸ਼ਾ ਵੇਚਦੇ ਨੇ ਉਹਨਾਂ ਦੀ ਇੱਕ ਲਿਸਟ ਵੀ ਸੋਨੀਆ ਮਾਨ ਦੇ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਖਸ਼ਾ ਜਿਤਾਇਆ ਕਿ ਉਹਨਾਂ ਨੂੰ ਹੁਣ ਧਮਕੀਆਂ ਭਰੇ ਫੋਨ ਆਉਣ ਲੱਗ ਪਏ ਨੇ ਅਤੇ ਉਹਨਾਂ ਦਾ ਨਸ਼ਾ ਵੇਚਣ ਵਾਲੇ ਲੋਕ ਗੱਡੀਆਂ ਲਗਾ ਕੇ ਪਿੱਛਾ ਕਰਦੇ ਨੇ ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੇ ਖਿਲਾਫ ਉਹ ਇਸ ਤਰ੍ਹਾਂ ਹੀ ਬੋਲਦੀ ਰਹੇਗੀ ਅਗਰ ਉਸਦੀ ਜਾਨ ਜਾਂਦੀ ਹੋਵੇ ਤਾਂ ਕੋਈ ਗੱਲ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਹਾਂਜੀ ਅੱਜ ਅਸੀਂ ਡੀਸੀ ਦਫ਼ਤਰ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਡੀਸੀ ਆਫਿਸ ਆਏ ਸੀਗੇ ਪਹਿਲਾਂ ਆਪਾਂ ਪਿੰਡ ਅਦਲੀਵਾਲ ਦਾ ਮਤਾ ਦਿੱਤਾ ਸੀਗਾ ਅੱਜ ਅਸੀਂ ਬੱਗਾ ਕਲਾਂ ਤੇ ਤਿੰਨੋਂ ਸ਼ੀਨੇ ਪਿੰਡ ਜਿਹੜੇ ਆ ਉਹਨਾਂ ਦੇ ਸਰਪੰਚ ਵੀ ਆਏ ਸੀਗੇ ਇੱਕ ਕਰਮ ਸਿੰਘ ਸ਼ੀਨਾ ਉਹਨਾਂ ਦਾ ਯੂਥ ਆਇਆ ਸੀਗਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਨਾਮ ਦਿੱਤੇ ਆ ਔਰ ਕਮੇਟੀ ਬਣਾਈ ਗਈ ਹੈ ਤਾਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਵੇਖੋ ਇਸ ਟਾਈਮ ਸਾਡੇ ਨਾਲ ਸਭ ਤੋਂ ਪਹਿਲਾਂ ਪਿੰਡ ਅਦਲੀਵਾਲ ਆਇਆ ਸੀਗਾ ਫਿਰ ਤਿੰਨੋਂ ਸ਼ੀਨੇ ਆਏ ਨੇ ਨਾਲ ਸਾਡਾ ਪਿੰਡ ਬੱਗਾ ਕਲਾ ਆਇਆ ਹੈ ਸੋ ਬੇਸਿਕਲੀ ਪੰਜ ਪਿੰਡ ਆ ਚੁੱਕੇ ਨੇ ਔਰ ਹੋਰ ਵੀ ਪਿੰਡਾਂ ਦੇ ਫੋਨ ਆਉਂਦੇ ਪਏ ਕਿ ਸਾਡੇ ਪਿੰਡ 'ਚ ਵੀ ਕਮੇਟੀਆਂ ਬਣਾਓ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਵੇਖੋ ਮੁਸ਼ਕਲਾਂ ਦਾ ਤੇ ਬਹੁਤ ਸਾਹਮਣਾ ਕਰਨਾ ਪੈ ਰਿਹਾ ਆ ਬੇਸਿਕਲੀ ਸਭ ਤੋਂ ਪਹਿਲਾਂ ਤੇ ਧਮਕੀਆਂ ਆਉਂਦੀਆਂ ਨੇ ਔਰ ਗੱਡੀਆਂ ਆਉਂਦੀਆਂ ਨੇ ਪਿੱਛੇ ਔਰ ਫਿਰ ਉਸ ਤੋਂ ਬਾਅਦ SHO ਜਿਹੜੇ ਸਾਡੇ ਨਾਲ ਕੰਮ ਕਰ ਰਹੇ ਸੀਗੇ SSP ਸਾਹਿਬ ਵੱਲੋਂ ਲੱਗੇ ਸੀਗੇ ਉਹ ਚੇਂਜ ਹੋ ਗਏ ਹੁਣ ਫਿਰ ਤੋਂ ਜ਼ੀਰੋ ਤੋਂ ਫਿਰ ਨਵੇਂ SHO ਨੂੰ ਸਾਰਾ ਕੁਝ ਸਮਝਾਉਣਾ ਪਊਗਾ ਸੋ ਸਾਡੀ ਇਹ ਰਿਕੁਐਸਟ ਹੈ CM ਸਾਹਿਬ ਨੂੰ ਉਹਨਾਂ ਕੋਲ ਹੋਮ ਮਿਨਿਸਟਰੀ ਹੈ SHO ਬਾਰ ਬਾਰ ਨਾ ਬਦਲੇ ਜਾਣ ਫਿਰ ਜੇ ਬਾਰ ਬਾਰ ਬਦਲੇ ਜਾਣਗੇ ਤਾਂ ਫਿਰ ਆਪਾਂ ਕੰਮ ਨਹੀਂ ਕਰ ਸਕਾਂਗੇ ਨੌਜਵਾਨ ਮਿਲਦੇ ਆ ਤੁਹਾਨੂੰ ਵੀ ਆ ਕੇ ਕਹਿੰਦੇ ਨੇ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਉਹਦੇ ਵਾਸਤੇ ਕੋਈ ਨਸ਼ਾ ਛੱਡਾ ਕੇਂਦਰ ਬਣੇ ਜਾਂ ਕੁਛ ਵੇਖੋ ਜੀ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਸਾਡੇ ਕੋਲ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਕਿ ਸਾਡੇ ਬੱਚਿਆਂ ਨੂੰ ਜਿਹੜਾ ਹੈ ਉਹ ਨਸ਼ਾ ਛੁਡਵਾਓ ਤੁਸੀਂ ਬਟ ਗੱਲ ਇਹ ਹੈ ਵੀ ਨਸ਼ਾ ਛੁਡਾਓ ਕੇਂਦਰ ਸਿਰਫ ਇੱਕੋ ਹੀ ਹੈ ਮੈਡੀਕਲ ਕਾਲਜ ਦੇ ਅੰਦਰ ਉੱਥੇ ਜ਼ਿਆਦਾ ਬੈੱਡ ਨਹੀਂ ਹੈਗੇ 20-25 ਬੈੱਡ ਹੈ ਪਿੱਛੇ ਮੰਤਰੀ ਸਾਹਿਬ ਆਏ ਸੀਗੇ ਉਹਨਾਂ ਨੇ ਉਹਦੀ ਸੁਧਾਰ ਕਰਨ ਵਾਸਤੇ ਵੀ ਗੱਲ ਕੀਤੀ ਹੈ ਸੋ ਮੇਰੀ CM ਸਾਹਿਬ ਅੱਗੇ ਇਹ ਵੀ ਰਿਕੁਐਸਟ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਰੀਹੈਬ ਸੈਂਟਰ ਹੈ ਅੰਮ੍ਰਿਤਸਰ ਦਾ ਹਰ ਇੱਕ ਡਿਸਟ੍ਰਿਕਟ ਦਾ ਅਲੱਗ ਅਲੱਗ ਰੀਹੈਬ ਸੈਂਟਰ ਬਣਾਇਆ ਜਾਵੇ ਇਹਦਾ ਕਮ ਸੇ ਕਮ ਬਾਹਰ ਕਿਤੇ 10 ਏਕੜ ਦੇ ਵਿੱਚ ਬਣਾਇਆ ਜਾਵੇ ਜਿੱਥੇ ਇੱਕ ਮਾਹੌਲ ਹੋਵੇ ਨਸ਼ਾ ਛੱਡ ਕੇ ਉਸ ਤੋਂ ਬਾਅਦ ਇੱਕ ਐਕਸਰਸਾਈਜ਼ ਇੱਕ ਮੈਡੀਟੇਸ਼ਨ ਇੱਕ ਪ੍ਰੋਪਰ ਤਰੀਕੇ ਦੇ ਨਾਲ ਬੰਦੇ ਨੂੰ ਯੂ ਨੋ ਨਸ਼ੇ 'ਚੋਂ ਉਸ ਮਾਹੌਲ 'ਚੋਂ ਬਾਹਰ ਕੱਢਣ ਦਾ ਇੱਥੇ ਉਹ ਮਾਹੌਲ ਨਹੀਂ ਹੈਗਾ ਮੈਡੀਕਲ ਕਾਲਜ ਦੇ ਅੰਦਰ ਬਿਲਕੁਲ ਨਹੀਂ ਜੀ ਅਸੀਂ ਇਹ ਸੋਚ ਕੇ ਸ਼ੁਰੂ ਹੀ ਨਹੀਂ ਕੀਤੀ ਸੀਗੀ ਜਾਣਾ ਤੇ ਇੱਕ ਦਿਨ ਹੈਗਾ ਹੀ ਆ ਕਿਸੇ ਨਾ ਕਿਸੇ ਨੇ ਇਹ ਤੋਂ ਚੰਗਾ ਚੰਗਾ ਕੰਮ ਕਰਕੇ ਜਾਓ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਚੰਗੇ ਤੇ ਕਿਲਾਵਾਂਗੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛੁਡਾਉਣ ਚ ਮਾਹਿਰ ਡਾਕਟਰ ਗੁਪਤਾ 6961 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਭੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਆਨੰਦ ਦਵਾਖਾਨਾ ਸਾਹਮਣੇ ਬੱਸ ਸਟੈਂਡ ਪਟਿਆਲਾ ਡਾਕਟਰ ਗੁਪਤਾ 6961 77000